ਹੈਲੋ, ਗੁੱਡ ਮਾਰਨਿੰਗ, ਵੈਲਕਮ ਕਰਦੇ ਹਾਂ ਜੀ ਤੁਹਾਡਾ ਆਪਣੇ ਯੂਟਿਊਬ ਚੈਨਲ 'ਤੇ। ਮਾਰਨਿੰਗ ਵਾਲੀ ਗੁੱਡ ਹੋ ਗਈ ਆ, ਇੱਧਰੋਂ ਛਦੈਣਾ ਹਟ ਗਿਆ ਤਾਂ ਇਹ ਰਾਤ ਵੀ ਲੈ ਵੀ ਗੱਲਾਂ ਹੀ ਕਰੀ ਜਾਂਦੀਆਂ, ਗੱਲਾਂ ਹੀ ਕਰੀ ਜਾਂਦੀਆਂ ਮੇਰੇ ਹਿਸਾਬ ਨਾਲ 12-1 ਵਜੇ ਤੱਕ। ਅਤੇ ਹੁਣ ਇਹਨੂੰ ਮੈਂ ਕਿਹਾ ਤੁਸੀਂ ਲੜਦੀਆਂ ਨਹੀਂ ਜੇ, ਰਾਤੀ ਲੜ ਪਈਆਂ ਰੁੱਸ ਪਈਆਂ। ਅੱਗੋਂ ਉਹਨਾਂ ਮੈਨੂੰ ਕਹਿੰਦੀ ਆਪਣੀ ਭੈਣ ਨਾਲ ਲੜੋ, ਹੁਣ ਤੁਸੀਂ ਦੱਸ ਮੈਂ ਉਹਦੇ ਨਾਲ ਵਿਚਾਰੀ ਨਾਲ ਕਿਉਂ ਲੜਾਂ। ਤੁਸੀਂ ਤਾਂ ਨਿਆਣੇ ਜੇ ਅਜੇ, ਇਤਨਾ ਪਿਆਰ, ਇਤਨਾ ਪਿਆਰ ਦੇਖ ਕੇ ਤਾਂ ਮੇਰੀ ਆਂਖੇ ਭਰ ਆਈ। ਨਹੀਂ ਲੜਦੇ ਨੇ ਨਿੱਕੇ ਹੁੰਦੇ ਵੀ, ਦੋਵੇਂ ਭੈਣ ਭਰਾ ਨਹੀਂ ਲੜਦੇ ਤੇ ਮੈਂ ਤੇ ਗੋਰਾ ਤੇ ਸੁੱਖ ਬੜਾ ਲੜਦੇ ਹੁੰਦੇ। ਟੈਂਟੜਾ ਨਹੀਂ ਨਹੀਂ ਲੜਦਾ ਤੁਹਾਡੇ ਨਾਲ, ਮੈਂ ਕਿਸੇ ਨਾਲ ਵੀ ਨਹੀਂ ਲੜਦਾ। ਉਹ ਸਿਆਣੇ ਆ ਨਾ, ਮੈਂ ਸਿਰਫ ਆਪਣੀ ਬੌਟੀ ਨਾਲ ਲੜਦਾ ਕਰਦਾ। ਆਹੋ ਰਾਤ ਨੂੰ ਮੈਂ ਨਹੀਂ ਕਿਸੇ ਨਾਲ ਲੜਦਾ ਹੁੰਦਾ। ਆਹ ਸਾਡੀ ਨਹੀਂ ਬਣਦੀ ਬੁਣਦੀ। ਹੈਲੋ ਬੋਲੋ ਤੁਸੀਂ ਵੀ ਜਾ ਰਹੇ ਹਾਂ ਜੀ ਅਲਫਾ ਵਾਲ ਅੱਜ ਕਹਿੰਦੇ ਆ ਸਾਰੇ, ਕਹਿੰਦੇ ਅਲਫਾ ਵਾਲ ਜਾਣਾ ਕਿ ਟ੍ਰਿਲੀਅਮ ਜਾਣਾ ਜੀ। ਠੀਕ ਆ, ਬਿਪੂ ਨੂੰ ਪੁੱਛ ਲਓ ਕਿੱਥੇ ਜਾਣਾ ਵਾ। ਉੱਥੇ ਚੱਲ ਜਾਊਗੀ ਫਕੀਰਾਂ ਵਾਲੀ ਮੌਜ ਜੀ, ਫਕੀਰਾਂ ਨੂੰ ਬਸ ਹੁੰਦੇ ਕੋਈ ਨੀ, ਐਵੇਂ ਇੱਥੇ ਜਾਣਾ ਜਾਂ ਉੱਧਰ ਜਾਣਾ। ਉਹ ਇੰਡੀਆ ਦਾ ਝੰਡਾ ਮੈਂ ਕਿੰਨਾ ਤਕੜਾ ਜੀ। ਹੋਰ ਇੱਕ ਸਟ੍ਰਾਬੇਰੀ ਇੱਧਰ ਵੇਖੋ, ਬੈਠੀ ਚੁੱਪ ਕਰਕੇ ਤੇ ਆਈਸਕ੍ਰੀਮ ਦੇ ਕੇ ਖਲੋਈ ਗਈ। ਚਲੋ ਹੈ ਉਹ ਆਉਂਦੀ ਮੈਂ ਵਨੀਲਾ ਮਿਕਸ ਲੈਣੀ ਨਾਲ ਆਈਸਕ੍ਰੀਮ ਖਾਵੇ ਕੇ ਪਿਛਲੀ ਸੀਟ ਤੇ ਚਲ ਗਈ। ਅੱਜ ਮੈਂ ਤੇ ਦੀਦੀ ਮੈਚਿੰਗ ਕਰਕੇ ਆਏ ਮਹਿਮਾਨ ਭਰਜਾਈ। ਫਾਈਨਲੀ ਆਪਾਂ ਪਹੁੰਚ ਗਏ ਹੁਣ ਅਲਫਾ ਵਨ, ਇਹ ਲੱਗੇ ਐਂਟਰੀ ਕਰਨ, ਬੇਸਮੈਂਟ ਚ ਲਾ ਤੀ ਗੱਡੀ, ਕਰਤੀ ਪਾਰਕ, ਸਾਰੇ ਬੱਚਾ ਪਾਰਟੀ ਮੇਰੇ ਨਾਲ ਆ। ਮੈਂ ਆਪ ਬੜੇ ਚਿਰ ਬਾਅਦ ਆਇਆ ਨਾ, ਮੈਨੂੰ ਚੇਤਾ ਨਹੀਂ ਕਰਨਾ। ਟ੍ਰਿਲੀਅਮ ਜ਼ਿਆਦਾ ਚਾਹੀਦਾ, ਇੱਧਰ ਘੱਟ ਹੀ ਆਏ ਹਾਂ, ਪਰ ਪਾਰਕਿੰਗ ਤਾਂ ਸਾਰੀ ਭਰੀ ਚਾਸ ਪੈ ਰਹੇ ਹੋ। ਆ ਜਾਓ ਜਲਦੀ ਕਰੋ, ਹੈਂ ਉੱਥੇ ਬੋਤਲ ਹੈਗੀ ਪਾਣੀ, ਉੱਥੋਂ ਕਰ ਲੈਣਾ ਗੱਡੀ 'ਚੋਂ ਹੀ।
ਚੱਲ ਆ ਜਾਓ, ਲੱਭ ਲੈਂਦੇ ਵਾਸ਼ਰੂਮ ਹੁੰਦਾ, ਇਹਨੂੰ ਬੜਾ ਚਿਰ ਹੋ ਗਿਆ ਵਾਸ਼ਰੂਮ ਪਤਾ ਨਹੀਂ ਕਿੱਥੇ। ਸਕਿਉਰਿਟੀ ਚੈੱਕ ਤੋਂ ਬਾਅਦ ਹੁਣ ਪਹੁੰਚਣ ਲੱਗੇ ਹਾਂ ਆਪਾਂ ਅੰਦਰ ਐਂਟਰੀ। ਵਾਓ, ਆ ਜਾਓ ਬਈ, ਆ ਜਾਓ ਆ ਜਾਓ ਸਾਰੇ ਜਣੇ ਆ ਜਾਓ। ਅਨਹਤ ਸਰਗੁਣ ਸਭ ਤੋਂ ਪਹਿਲਾਂ ਅੱਗੇ ਪਹੁੰਚ ਗਏ। ਬੜਾ ਸੋਹਣਾ ਬਣ ਗਿਆ ਨਾ ਆਪਾਂ ਵਿਪਲ, ਅਸੀਂ ਆਏ ਬੜੇ ਚਿਰ ਪਿੱਛੋਂ ਅੱਜ, ਹਨਾ ਕਿੰਨਾ ਸੋਹਣਾ ਬਣ ਗਿਆ। ਮੈਂ ਕਿਹਾ ਆਏ ਬੜੇ ਚਿਰ ਬਾਅਦ ਸਾਰਾ ਕੁਝ ਹੀ। ਬੜਾ ਚੇਂਜ ਹੋ ਗਿਆ ਹਨਾ, ਸਾਨੂੰ ਬੜਾ ਟਾਈਮ। ਚਲੋ ਯਾ ਫੌਜੀਆਂ ਨੇ, ਫੌਜੀ ਆਏ ਜੀ ਅਲਫਾ ਵਨ ਚ, ਆਪਣਾ ਉਹਨਾਂ ਨੇ ਲਾਇਆ ਵਾ। ਸਾਰੇ ਬੀਜੀ ਅਨਹਦ, ਤੁਸੀਂ ਕੀ ਵੇਖਣ ਦੀਆਂ ਜੋ ਕਿਉਂ ਮੈਂ ਮੋਏ ਕੀ ਕਰਦਾ, ਜਾਣਾ ਹੀ ਆ, ਹਜੇ ਜਾਣਾ ਵਾ। ਸਾਰਾ ਉਹਨੂੰ ਸੰਭਾਲਦਾ ਗੇਮ ਵਾਲਾ, ਮੈਂ ਵੀ ਤੁਹਾਨੂੰ ਘੁਮਾ ਦਿੰਦੀ। ਦੇਖਣਾ ਜੀ ਟਿਕਟਾਂ ਲੈਣ ਲੱਗੇ ਹੁਣ ਇੱਥੋਂ ਗੇਮ ਖੇਡਣ ਵਾਸਤੇ ਬੱਚਿਆਂ ਦੇ। ਆ ਹੈਗੇ ਗੇਮ ਪਲਾਨ ਇਹਨਾਂ ਦੇ, ਇੱਕ ਕਾਰਡ ਪਰਚੇਜ ਕਰਕੇ ਤੇ ਉਸ ਤੋਂ ਬਾਅਦ ਗੇਮਾਂ ਖੇਡਣੀਆਂ ਨੇ। ਪਾਪਾ ਜੀ ਕਹਿੰਦੇ ਨੇ ਨਾ ਸਬਸਕ੍ਰਾਈਬਰ ਨਹੀਂ ਮਿਲਦਾ, ਸਬਸਕ੍ਰਾਈਬਰ ਮਿਲਿਆ। ਕੌਣ ਮਿਲਿਆ? ਆਂਟੀ ਮਿਲੇ ਸੀ। ਕੀ ਆਂਦੇ ਸੀ ਆਂਟੀ? ਤੁਹਾਡੇ ਵਲੌਗ ਵੇਖਣੇ ਬੜੇ ਵਧੀਆ ਹੁੰਦੇ। ਅੱਛਾ, ਥੈਂਕ ਯੂ ਕਰ ਦੇਣਾ ਆਂਟੀ ਨੂੰ। ਚਲੋ ਆ ਵੇ ਕਿੰਨੀ ਰੌਣਕ ਲੱਗੀ ਚਾਰ ਸਵੇਰੇ। ਚਲੋ ਵੀ ਚਲੀਏ, ਇਹ ਸਾਡੀ ਬੱਚਾ ਪਾਰਟੀ ਪੂਰੀ ਖੁਸ਼ ਹੈ, ਪੂਰਾ ਇੰਜੋਏ ਕਰਨ ਡਿਆ, ਪਰ ਇਹਨਾਂ ਨੂੰ ਸਮਝਣ ਲੱਗਣ ਦੀ ਗੇਮ ਕਿਹੜੀ ਖੇਡੀਏ ਕਿਹੜੀ ਛੱਡੀਏ। ਗੇਮ ਹੀ ਇੰਨੀਆਂ ਜ਼ਿਆਦਾ ਨੇ। ਹੈ ਆਹੋ, ਕੋਇਨ ਨਹੀਂ, ਕਾਰਡ ਵੇਖ ਲੈਣੇ, ਆਹ ਕਾਰਡ ਹੈਗਾ ਆਪਣੇ ਕੋਲ, ਕਾਰਡ ਵੇਖ ਲੈਣੇ ਪੋਤੇ, ਇਹੀ ਕਾਰਡ ਲੱਗਣਾ ਹੈ। ਜਾਓ ਮਿਸ ਕਰ ਗਏ ਫਿਰ ਹੋਰ ਕਾਰਡ ਸਾਰੇ ਚੱਲ ਜਾਣਾ ਆ। ਚਲੋ ਯੂਨੀਕੋਰਨ ਵਾਲਾ ਵੇਖਣਾ ਜੀ ਬਸ ਕੇ ਅਨੰਦ ਆ ਗਿਆ ਯੂਨੀਕੋਰਨ ਵਾਲੀ ਗੇਮ ਦੇ ਉੱਤੇ। ਅਨੰਦ ਹੁਣ ਵੇਖਦੇ ਭਲਾ ਕੀ ਬਣਦਾ। ਚੱਲ ਟਾਈਮ ਹੋ ਗਿਆ ਸਟਾਰਟ ਤੇਰਾ, ਇਹ ਪਰੇ 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 ਹੋਰ ਪਰੇ ਥੋੜ੍ਹਾ ਜਿਹਾ ਪਰੇ 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 ਪਿੱਛੇ ਅਨੰਦ, ਉਹਨਾਂ ਚਿਰ ਟਾਈਮ ਓਵਰ ਹੋ ਜਾਣਾ ਤੇਰਾ। ਜਾ ਯਾਰ ਅਨੰਦ ਤੂੰ, ਹਾਂ ਉਹ ਹੈਗੀ ਉਹ ਛੋਟੀ ਵੀ ਹੈਗੀ ਜੇ, ਛੋਟੀ ਵੇਖੜੀ ਛੋਟੀ ਖੇਡ ਦੋ, ਬਹਿ ਜਾਓ। ਹੈ ਖੇਡ ਨਹੀਂ ਜਾਓ, ਬਹਿ ਜਾਓ ਦੋ ਜਣੇ। ਇੱਧਰੋਂ ਲਾਈ ਕਾਰਡ ਚੱਲ ਲਿਆ। ਚਲੋ
ਚਲੋ ਹੋ ਗਈ ਸਟਾਰਟ, ਹੋ ਗਈ ਸਟਾਰਟ। ਥੱਲੇ ਅੱਗ ਲੱਗ ਗਈ ਜੇ, ਥੱਲੇ ਅੱਗ ਲੱਗ ਗਈ ਜੇ। ਪੂਰੇ ਖੁਸ਼ ਹੀ ਹੁੰਦੇ ਵੇਖ ਇਹਨਾਂ ਨੂੰ, ਹੁਣ ਇਹਨਾਂ ਨੂੰ ਕੋਈ ਭੁੱਖ ਨੀ, ਕੋਈ ਪਾਣੀ ਨੀ, ਕੋਈ ਪਿਆਸ ਨੀ। ਹੈਂ ਹੁਣੇ ਫ੍ਰੀ ਹੋ ਗਈ, ਹੁਣੇ ਭੁੱਖ ਵੀ ਲੱਗ ਜਾਣੀ ਨਾਲ ਹੀ। ਪਾਸ ਹੋ ਗਏ ਜੇ ਤੁਸੀਂ, ਆ ਜਾਓ। ਜਿੱਤ ਗਏ, ਜਿੱਤ ਗਏ, ਜਿੱਤ ਗਏ। ਸਕੋਰ ਕੀ ਬਣੀ ਤੁਹਾਡੀ? ਇਹਨਾਂ ਦਾ ਵਧੀਆ ਗੇਮ ਨੀ, ਗੁੱਸਾ ਚੜ੍ਹੇ ਤਾਂ ਇੱਥੇ ਆ ਜਾਏ। ਹੈਨਾ ਸਰਗਣਾ ਹੱਥ ਨਾ ਨੱਪ ਜਿਹੜੇ। ਫਾਈਵ ਤੱਕ ਗਿਆ ਤੇਰਾ, ਚੱਲ ਕਿੱਥੋਂ ਤੱਕ ਗਿਆ? 45 ਬੱਲੇ ਆ ਨਾ, ਖਲੋਇਆ ਸਰ, ਵੇਟ ਕਰ, ਵੇਟ ਕਰ। ਆਹ ਗੇਮ ਵਧੀਆ, ਇਹਨਾਂ ਦਾ ਸਿਰ ਭਰਨ ਵਾਸਤੇ। ਸ਼ਾਬਾਸ਼ 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 ਸ਼ਾਬਾਸ਼। ਇਹ ਉਹ ਭਰ ਚੱਲਿਆ ਉੱਪਰੋਂ, ਫਿਰ ਲੱਗੀ ਵੱਜਣ ਆਣ ਕੇ। ਆਣਾ ਤਾਂ ਰੈਡੀ ਰਿਹੋ, ਲੱਗੀਆਂ ਗਏ ਆਉਣ। ਕਮਲ ਪੈ ਗਿਆ ਇਹਨਾਂ ਨੂੰ। ਇਹ ਲੱਗੀਆਂ ਫਿਰ ਵੱਜਣਾ, ਉਹ ਵੱਜ ਗਏ। ਪੂਰਾ ਮਜ਼ਾ ਕਰਦੇ ਬੱਚੇ, ਪੂਰਾ ਮਜ਼ਾ ਆਉਂਦਾ, ਮਜ਼ਾ ਆ ਗਿਆ। ਆਨੰਦ ਮੈਨੂੰ ਛੁੱਟਦੀਆਂ ਸਾਰੀਆਂ, ਜਿੱਤ ਗਿਆ ਆਨੰਦ। 10 ਪੁਆਇੰਟ ਆ ਗਏ ਨਾ ਤੇਰੇ, ਚੱਲ ਫੜ, ਮਾਰਦੇ ਮਾਰਦੇ ਮਾਰਦੇ।
ਫਿਰ ਆ ਕੀ ਬੋਲ ਲੱਗਦਾ ਥੱਲੇ, ਮੈਨੂੰ ਲੱਗਦਾ ਟਾਈਮ ਓਵਰ ਹੋ ਗਿਆ ਹੁਣ ਜਾਪਦਾ। ਉਹ ਗੇਮ ਸਕੋਰ ਟੋਟਲ ਹੋਵੇ ਮਜ਼ਾ ਬਸ ਬੋਰ ਹੋ ਗਏ ਜੇ। ਸਰਗੋ ਗੇਮ ਤਾਂ ਕਦੇ ਜਿੱਤੀ ਨਹੀਂ, ਗੇਮ ਤਾਂ ਕਦੇ ਜਿੱਤੀ ਨਹੀਂ ਜੇ ਅਨਾਦ, ਗੇਮ ਨਹੀਂ ਕਦੇ ਜਿੱਤੀ ਗਈ ਤੁਹਾਡੇ ਕੋਲ ਕਿਹੜੀ ਹੁਣ ਸਾਡੇ ਬੱਚੇ ਕਹਿੰਦੇ ਆਪਾਂ ਆਹ ਗੇਮ ਖੇਡਣੀ ਆਹ ਵਾਲੀ, ਹੈਂ ਬੱਚਿਆਂ ਦੀ ਮਾਂ ਵੀ ਖੇਡੂ ਆਹ ਵਾਲੀ ਗੇਮ ਹੈ ਇਹ ਬੀਬੂ 3D 70 ਹੈ ਹੈਂ ਭਾਜੀ 3D 70 ਹਾਂਜੀ 5D ਭਾਜੀ ਕਹਿੰਦੇ 5D ਹੈ। ਚਲੋ ਵੀ ਤੁਹਾਡੀ ਟਰਨ ਆ ਗਈ ਜੇ ਇੱਧਰ ਜੇ ਉੱਤਰ ਲੈਣ ਦੋ
ਹੁਣ ਆਪਾਂ ਖੇਡ ਲਈਆਂ ਗੇਮ ਤੇ ਚੱਲੇ ਆਪਾਂ ਹੁਣ ਵਾਪਸ ਬੱਚੇ ਖੁਸ਼ ਹੋ ਗਏ ਵਾਪਸ ਚੱਲੀਏ ਹੁਣ ਕਹਿੰਦੇ ਨੇ ਕੀ ਕਰਨ ਦੇ ਸੱਚੀ ਇੰਜ ਲੱਗਦਾ ਨਾ ਵਿਪੂ ਵਿਪੂ ਇੰਜ ਲੱਗਦਾ ਸੀ ਇੱਕ ਤੇ ਮੈਨੂੰ ਸਾਡੇ ਨਿਆਣਿਆਂ ਦੀ ਸਮਝ ਨਹੀਂ ਲੱਗਦੀ ਅਜੇ 3 ਵਜੇ ਮੇਰੇ ਹਿਸਾਬ ਨਾਲ ਆਪਾਂ ਆਏ ਹਾਂ 2:30 ਜਾਂ 3 ਵਜੇ ਅਤੇ ਹੁਣ 5 ਵਜੇ ਆ ਇੰਨੀ ਛੇਤੀ ਬੋਰ ਵੀ ਹੋ ਗਏ ਆ ਹੁਣ ਕਿਤੇ ਚੱਲੀਏ ਹੁਣ ਨਾ ਬਸ ਬੋਰ ਹੋ ਗਏ ਆ ਹੁਣ ਮੈਨੂੰ ਸਮਝ ਨਹੀਂ ਲੱਗਦੀ ਨਾ ਇਹਨਾਂ ਦਾ ਘਰ ਜੀ ਲੱਗਦਾ ਨਾ ਇਹਨਾਂ ਦਾ ਘੁੰਮਣ ਫਿਰਨ ਜੀ ਲੱਗਦਾ ਕਰਦੇ ਕੀ ਆ ਹਾਂ ਬਟੂ ਬੜੀ ਛੇਤੀ ਬੋਰ ਹੋਏ ਜੇ ਐਡਵੈਂਚਰ ਰਹਿ ਗਿਆ ਚੱਲ ਉੱਥੇ ਜਾ ਕੇ ਕਰ ਲੈਂਦੇ ਉੱਧਰ ਹੋਣਾ ਹਾਂ ਉਹ ਮੈਂ ਸਾਰੇ ਜਾਣੇ ਤੁਰੇ ਆਉਣ ਡੇ ਹੌਲੀ ਹੌਲੀ ਢਿੱਲੇ ਢਿੱਲੇ ਮੈਂ ਕਿਹਾ ਹੁਣ ਵੇਖ ਗੱਡੀ ਛੇਤੀ ਪਹਿਲਾਂ ਇਹਨਾਂ ਨੂੰ ਆਉਂਦੀ ਪਈ ਸੀ ਹੁਣ ਬੋਰ ਵੀ ਹੋ ਗਈ ਬੋਰ ਨਹੀਂ ਹੋਏ ਤਾਂ ਹੋਰ ਕੀ ਹੋਇਆ ਭੁੱਖ ਲੱਗੀ ਆ ਤੇ ਉੱਥੇ ਉੱਪਰ ਇੰਨਾ ਕੁਛ ਹੀ ਖਾਣ ਨੂੰ ਛਰਗਣਾ ਉੱਥੇ ਕਿਉਂ ਨਹੀਂ ਖਾਧਾ ਟ੍ਰਿਲੀਅਮ ਜੋ ਖਾਣਾ ਆਪਾਂ ਟ੍ਰਿਲੀਅਮ ਦਾ ਫੂਡ ਕੋਰਟ ਜਿਹੜਾ ਸਾਡਾ ਫੇਵਰਿਟ ਆ ਟ੍ਰਿਲੀਅਮ ਜੋ ਖਾਣਾ ਚਲੋ ਗੱਡੀ ਆਪਣੀ ਕਿੱਥੇ ਲੱਗੀ ਆ ਉਹ ਲੱਗੀ ਆ ਉਹ ਲੱਗੀ ਆ ਉਹ ਲੱਗੀ ਬਸ ਖੇਡਣ ਗਏ ਐਸੇ ਚਲੋ 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 ਆ ਜਾਓ ਆ ਜਾਓ ਆ ਜਾਓ ਇੱਥੇ ਜ਼ਿਆਦਾ ਰਸ਼ ਜੇ ਟ੍ਰਿਲੀਅਮ ਨਾਲੋਂ ਹਨਾ ਟ੍ਰਿਲੀਅਮ ਨਾਲੋਂ ਜ਼ਿਆਦਾ ਭੀੜ ਹੈ ਇੱਥੇ ਹਨਾ ਕਹਿੰਦੇ ਭਾਈ ਬਾਅਦ ਵਿੱਚ ਜਾਣਾ ਹੀ ਟ੍ਰਿਲੀਅਮ ਬਾਅਦ ਵਿੱਚ ਜਾਣ ਸ਼ਰਮ ਹੈ ਸਾਰੇ ਮੁਲਕ ਮਾਦੇ ਹਾਂਜੀ 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 ਇਸ ਕਰਕੇ ਜ਼ਿਆਦਾ ਭੀੜ ਕਿਉਂਕਿ ਇੱਥੇ ਗਏ ਮੈਨੂੰ ਤਾਂ ਬਹੁਤ ਮਜ਼ਾ ਆਇਆ ਸੀ ਮੈਨੂੰ ਤਾਂ ਅਲਗੇ ਜੰਨਤ ਚ ਆ ਗਏ ਹੁੰਨੇ ਕੇ ਡਰ ਲੱਗਦਾ ਜੀ ਰੋ ਵੱਡੇ ਵੱਡੇ ਜੇ ਪਤਾ ਨਹੀਂ ਕੀ ਪੰਛੀ ਜੇ ਹੁੰਦੇ ਡਾਇਨਾਸੌਰ ਵੀ ਬੜੇ ਬੜੇ ਵੱਡੇ ਹੁੰਦੇ ਯਾਰ ਲੱਗਦਾ ਪੈਰ ਰੱਖ ਦੇ ਲਗੇ ਸਾਡੇ ਤੇ ਬਾਹਰ ਹੀ ਨਿਕਲੇ ਆ ਤੇ ਨਾਲ ਹੀ ਦੀਪ ਭੈਣ ਨੂੰ ਲੱਗ ਗਈ ਪਿਆਸ ਕਹਿੰਦੀ ਹੁਣ ਮੈਂ ਲੈਮਨ ਸੋਡਾ ਪੀਊਂਗੀ ਗੇਮ ਤੇ ਕੋਈ ਖੇਡੀ ਨਹੀਂ ਤੂੰ ਉਦਾਂ ਹੀ ਥੱਕ ਗਈ ਬੱਚਾ ਪਾਰਟੀ ਨੇ ਅੱਜ ਬਹੁਤ ਇੰਜੋਏ ਕੀਤਾ ਬੱਚਾ ਪਾਰਟੀ ਆਇਆ ਮਜ਼ਾ ਪੂਰਾ ਇੰਜੋਏ ਕੀਤਾ ਉਹ ਬੜਾ ਮਜ਼ਾ ਆਇਆ ਹਨਾ ਉਹ ਬੜੀ ਵਧੀਆ ਗੇਮ ਸੀਗੀ ਮੈਨੂੰ ਵਧੀਆ ਲੱਗੀ ਖੁਸ਼ ਆ ਬੱਚਾ ਘੁੰਮਣ ਫਿਰਨ ਲੈ ਕੇ ਗਏ ਹਨਾ ਚੱਲ ਵਧੀਆ ਆਹੋ ਰਾਤ ਨੂੰ ਰਮਾਨ ਨਾਲ ਸੌ ਜਾਣਗੀਆਂ ਹੁਣ ਰਾਤ ਨਾ ਡਰੀ ਜਾਇਓ ਬੜਾ ਸੁਪਨੇ ਲਈ ਜਾਓ ਡਾਇਨਾਸੌਰ ਦੇ ਹੁਣ ਹੁਣ ਪਹੁੰਚ ਗਿਆ ਆਪਾਂ ਐਲਡੋਰੇਡੋ ਤੇ ਹੁਣ ਇੱਥੋਂ ਕੁੜੀਆਂ ਨੂੰ ਖਵਾ ਦਿੰਦੇ ਆ ਰੋਟੀ
ਹੁਣ ਅਸੀਂ ਰੋਟੀ ਖਾਣ ਪਹੁੰਚ ਗਏ ਆ। ਲੱਗੀ ਭੁੱਖ ਕਿ ਨਹੀਂ? ਉਹਨੂੰ ਪਹਿਲੋ ਅੰਬ ਨਾ ਤੋੜ ਲਈਏ, ਸ਼ਾਇਦ ਮਿਲ ਹੀ ਜਾਵੇਗੀ। ਤਾਂ ਇੱਥੋਂ ਨਹੀਂ ਲੈ ਕੇ ਆਉਂਦੀ ਇਹਨਾਂ ਨੇ, ਮੈਂ ਕੀਤਾ ਇਹਨਾਂ ਨੇ ਵੀ ਨਹੀਂ ਇੱਥੋਂ ਅੰਬ ਤੋੜ ਕੇ ਚਟਨੀ ਬਣਾਈ ਹੋਣੀ। ਲਓ ਜੀ ਆਪਾਂ ਪਹੁੰਚ ਗਏ ਹੁਣ ਰੈਸਟੋਰੈਂਟ ਤੇ ਬੱਚਿਆਂ ਨੂੰ ਲੱਗ ਗਈ ਭੁੱਖ ਆ ਤੇ ਅਸੀਂ ਚਲੋ ਖਾ ਲਈਏ ਕੁਛ। ਪਾਪਾ ਪਟਾਟਾ ਚਿਪਸ ਖਾਣੇ। ਪੁੱਤ ਖਾਣਾ ਖਾਓ, ਪਟਾਟਾ ਚਿਪਸ ਤਾਂ ਖਾਂਦੇ ਰਹਿੰਦੇ। ਪਟਾਟਾ ਕਿਹੜਾ? ਪਟਾਟਾ ਉਹ ਬਾਹਰ ਚ ਲੈ ਦਿੰਦੇ, ਪਹਿਲਾਂ ਰੋਟੀ ਖਾ ਲਈ। ਅੱਜ ਤੁਹਾਨੂੰ ਆਏ ਆਪਾਂ ਖਾਣਾ ਖਾਣ, ਇਹਨੇ ਇਹਨੂੰ ਤੁਸੀਂ ਡਿਨਰ ਹੀ ਸਮਝੋ ਤੁਸੀਂ ਐਟ, ਨਾ ਤਾਂ ਦੁਪਹਿਰ ਦਾ ਨਾ ਤਾਂ ਰਾਤ ਦਾ। ਡਿਨਰ ਹੋਈ ਚੱਲਿਆ, ਟਾਈਮ ਕਿੰਨਾ ਹੋ ਗਿਆ? 7 ਵਜ ਗਏ। ਸੱਤ ਵਜ ਗਏ, ਡਿਨਰ ਰਾਤ ਨੂੰ ਫਿਰ ਹਲਕਾ ਫੁਲਕਾ ਖਵਾਵਾਂਗੇ ਨਾ ਸੌਣ ਲੱਗੇ। ਦਾਲ ਨਾ ਦੋ ਦੋ ਫਿਰ ਖਵਾਵਾਂਗੇ ਤੁਹਾਨੂੰ ਰਾਤ। ਭੁੱਖ ਲੱਗੀ ਸਰ ਤੁਹਾਨੂੰ? ਕਿੱਦਾਂ ਦੀ? ਟੇਸਟੀ ਤੁਹਾਨੂੰ ਆਇਆ ਕਿ ਨਹੀਂ? ਕਿ ਬੋਰ ਹੀ ਹੋਏ ਜੀ ਸਾਡੇ ਨਾਲ? ਸੁਜਿੰਦਰ ਨੂੰ ਮੈਂ ਕਹਿੰਦੀ ਤੁਸੀਂ ਬੋਰ ਤਾਂ ਨਹੀਂ ਹੋ ਗਏ ਕਿਤੇ ਸਾਡੇ ਨਾਲ? ਹਨੇਰੇ 'ਚ ਬੈਠੇ, ਲਾਈਟ ਚੱਲ ਗਈ, ਲਾਈਟ ਚੱਲ ਗਈ, ਹਨੇਰੇ 'ਚ ਬੈਠੇ ਸਾਰੇ। ਬਿੱਲ ਨਹੀਂ ਦੇਣਾ? ਹਨੇਰੀ ਆ ਗਈ। ਅਸੀਂ ਆਣਾ ਜਦੋਂ ਆਉਂਦੇ ਹਾਂ ਅੰਮ੍ਰਿਤਸਰ, ਉਦੋਂ ਹਨੇਰੀ ਆ ਜਾਂਦੀ। ਆ ਗਈ ਜੀ, ਆ ਗਈ ਲਾਈਟ। ਹਾਂ ਛਤੜੀ ਨੇ ਕਿਹੜਾ ਹਨੇਰੀ ਤੋਂ ਬਚਾ ਦੇਣਾ? ਗੱਡੀ ਇੱਥੇ ਲੈ ਆਵਾਂਗੇ। ਸੌਂਫ ਖਾਣ ਦੀਆਂ ਇੱਥੇ ਆਈ, ਵੇਟ ਨਹੀਂ ਹੋਈ ਸਰਗੂ, ਹੈ ਨਾ? ਅਨੂ ਤੋਂ ਭੁਈ ਗਲੂ ਨਹੀਂ ਆਉਂਦੀ ਵੇਟ। ਇੱਧਰ ਹੋ ਗਿਆ ਬਿੱਲ, ਹੁਣ ਚਲੋ ਚੱਲੀ ਚੱਲੀ। ਇਹ ਹੁਣ ਆਪਾਂ ਪਹੁੰਚੇ, ਤੁਹਾਨੂੰ ਦੱਸ ਹੀ ਦਿੱਤਾ ਹੋਣਾ ਰੈਸਟੋਰੈਂਟ, ਬਹੁਤ ਵਧੀਆ ਰੋਟੀ ਹੁੰਦੀ ਇਹਨਾਂ ਦੀ। ਬੱਚਾ ਪਾਰਟੀ ਹੁਣ ਵੇਖੋ, ਕਰੋ ਇੰਜੋਏ ਪੂਰੀ। ਅੱਜ ਦਾ ਦਿਨ ਤਾਂ ਵੈਸੇ ਵਧੀਆ ਗਿਆ, ਇੰਜੋਏ ਕੀਤਾ ਬੱਚਾ ਪਾਰਟੀ ਨੇ। ਹਨੇਰੀ ਆ ਗਈ, ਹੁਣ ਰਾਤ ਪਤਾ ਨਹੀਂ ਕਿੱਦਾਂ ਦੀ। ਰੋਟੀ ਖਾ ਕੇ ਤੁਹਾਨੂੰ ਬਾਹਰ ਨਿਕਲੇ ਤਾਂ ਬਾਹਰ ਪਰ ਹਨੇਰ ਬਹੁਤ ਜ਼ਿਆਦਾ। ਕੀ ਹਾਲ ਬਣ ਗਿਆ ਬਾਹਰ? ਬੱਚਾ ਪਾਰਟੀ ਬਾਹਰ ਵੇਖੋ ਕੀ ਹਾਲ ਹੋ ਗਿਆ। ਅਜੇ ਤਾਂ ਸ਼ਹਿਰ 'ਚ ਨਹੀਂ ਇੰਨਾ ਪਤਾ ਲੱਗਣ ਦਿਆ। ਹਾਂ ਫਿਰ ਜ਼ਿਆਦਾ ਪਤਾ ਲੱਗਣਾ। ਘੱਟਾ ਮਿੱਟੀ ਤੋੜਿਆ ਨਾ ਪੈਲੀਆਂ 'ਚੋਂ। ਦੀਦੀ ਹੁਣ ਸਾਰਾ ਦਿਨ ਤਾਂ ਬੜਾ ਵਧੀਆ ਨਿਕਲਿਆ, ਹੁਣ ਰਾਤ ਪਤਾ ਨਹੀਂ ਕਿੱਦਾਂ ਦੀ ਲੰਘਦੀ ਜੇ ਮੇਰੀ ਗੱਲ।
ਇਹ ਤਾਂ ਰਾਤ ਹੀ ਦੱਸੂਗੀ ਹੁਣ ਦਿਨ ਤਾਂ ਲੰਘ ਗਿਆ ਰਾਤ ਦਾ ਪਤਾ ਲੱਗ ਗਿਆ ਹੁਣ ਕਿੱਦਾਂ ਲੰਘਦੀ ਝੰਡਾ ਗੱਡਾ ਹੋਣਾ ਲੱਗਣਾ ਨਾ ਤਾਂ ਓਏ ਪੈਲੀਆਂ ਦੇ ਵਿੱਚ ਘੱਟਾ ਉੱਡਣ ਡਿਆ ਨੇਰ ਬਹੁਤ ਜ਼ਿਆਦਾ ਚੜਿਆ ਪਿਆ ਪਤਾ ਨੀ ਲੱਗਣ ਕਿੱਧਰੋਂ ਕੀ ਬਣ ਡਿਆ ਪੈਂਡਾ ਬੜਾ ਲੰਬਾ ਤੇਰਾ ਤੂੰ ਸੌ ਜਾਣਾ ਨੀਂਦ ਵੀ ਆ ਜੇ ਨਹੀਂ ਤੇ ਬਹੁਤ ਮੁਸ਼ਕਿਲ ਹੈ ਬਾਈ ਸਹੀ ਗੱਲ ਰਾਤੀ ਤੇ ਬੱਤੀ ਆਉਂਦੀ ਤੇ ਦੋ ਵਜਾਲੇ ਅੱਜ ਬੱਤੀ ਰਾਤੀ ਚੱਲ ਬਹਿ ਗਏ ਬਾਹਰ ਵੀ ਠੰਡੀ ਹੋ ਗਈ ਪਿੰਡਾਂ ਲਾਗੇ ਦੀਦੀ ਜਦੋਂ ਨੇਰ ਆ ਗਿਆ ਜੇ ਦੇਖਣ ਹੀ ਕੁਛ ਨੀ ਦਿਆ ਸਾਹਮਣੇ ਝਾੜ ਬਣ ਗਿਆ ਹੁਣ ਅਸੀਂ ਪਹੁੰਚ ਗਏ ਘਰੇ ਹੈਲੋ ਆਪਾਂ ਨਹੀਂ ਆਪਾਂ ਅੰਮ੍ਰਿਤਸਰੋਂ ਆਏ ਹਾਂ ਹੈਲੋ ਹਨੇਰੀ ਲਿਆਂਦੀ ਜੇ ਮਗਰੋਂ ਠੀਕ ਆ ਨਾ ਮਜ਼ਾ ਆਉਂਦਾ ਹੈ ਨਾ